कोई भी वारदात हो वो ज्यादा देर छुप नहीं सकती है अगर पुलिस उस मुजरम को जो है पकड़ने में कोई कसर ना छोड़े ऐसे एक मामला सामने आया जहाँ पर कुछ दिन पहले हल्का सुजानपुर के कस्बा माधोपुर के नजदीक पड़ती एक दरगाह पर जहां पर एक वारदात हुई जहां पर जो है रात के समय एक प्रवासी का बहुत बेरहमी से कत्ल किया गया जिसकी जो है पुलिस की तरफ से लगातार तफ्तीश की जा रही और ऐसे में पुलिस ने जो है, है।, है। ब... वारदात को अंजाम देने वाला कोई और नहीं बल्कि मृतक की प्रेमिका का पुराना आशिक है जिसने इस कत्ल को अंजाम दिया फिलहाल पुलिस ने आरोप आरोपी को काबू कर लिया है और उसकी तरफ से जो है ਵਾਰਦਾਤ ਮੇਂ ਇਸਤੇਮਾਲ ਕੀਏ ਹਥਿਆਰ ਵੀ ਜੋ ਹੈ ਬਰਾਬਦ ਕਰ ਲਏ ਗਏ ਐਸੇ ਮੈਂ ਜੋ ਹੈ ਪ੍ਰੈਸ ਕਾਨਫਰੰਸ ਵੀ ਕੀਤੀ ਐਸਐਸਪੀ ਪਠਾਨਕੋਟ ਕੇ ਦੁਆਰਾ ਪ੍ਰੈਸ ਕਾਨਫਰੰਸ ਕੀ ਗਈ ਹੈ ਕਿਆ ਕੁਛ ਕਹਿਆ ਨਾ ਯੂਨਕੀ ਸੁਭਾਣੀ ਸੁਣਤੇ ਦੇਖੋ 29 24 ਨੂੰ ਜਿਹੜਾ ਹੈਗਾ ਆ ਪਠਾਨਕੋਟ ਸਜਨਪੁਰ ਦੇ ਨਜ਼ਦੀਕ ਜਦੋਂ ਕਿ ਸ਼੍ਰੀ ਮਨੀ ਮਹੇਸ਼ ਜੀ ਦੀ ਯਾਤਰਾ ਚੱਲ ਰਹੀ ਸੀ ਜਿਸ ਦਿਨ ਖਤਮ ਹੋਈ ਆ ਉਸ ਦਿਨ ਉੱਥੇ ਲੰਗਰ ਖਾਲੀ ਹੋ ਜਾਂਦੇ ਆ ਤੇ ਉੱਥੇ ਖਾਲੀ ਲੰਗਰ ਦੇ ਸ਼ੈੱਡ ਦੇ ਵਿੱਚ ਇੱਕ ਵਿਅਕਤੀ ਨੂੰ ਬੁਰੀ ਤਰ੍ਹਾਂ ਕੱਟ ਵੱਢ ਕੇ ਉਹਦਾ ਮਰਡਰ ਕਰ ਦਿੱਤਾ ਗਿਆ ਸੀਗਾ ਤੇ ਇੱਕ ਅਣਪਛਾਤੀ Laash ਮਿਲੀ ਸੀ ਜਿਹਦੀ ਆਈਡੈਂਟੀਫਿਕੇਸ਼ਨ ਨਹੀਂ ਸੀ ਹੋ ਰਹੀ ਸੋ ਸਾਡੇ ਵਾਸਤੇ ਇੱਕ ਬਲਾਈਂਡ ਮਰਡਰ ਇੱਕ ਅਨਾ ਕਤਲ ਸੀਗਾ ਜਿਸ ਨੂੰ ਟ੍ਰੇਸ ਕਰਨ ਦੇ ਵਿੱਚ ਸਜਾਨਪੁਰ ਪੁਲਿਸ ਨੇ ਜਿਹੜੀ ਹੈਗੀ ਆ ਉਹ ਬਹੁਤ ਜ਼ਿਆਦਾ ਮਿਹਨਤ ਕੀਤੀ ਕਿਉਂਕਿ ਪਹਿਲੀ ਗੱਲ ਤਾਂ ਆਈਡੈਂਟੀਫਿਕੇਸ਼ਨ ਬਹੁਤ ਔਖੀ ਹੋਈ ਉਸ ਬੰਦੇ ਦੀ ਸੋ ਆਈਡੈਂਟੀਫਾਈ ਕਰਨ ਤੋਂ ਉਹ ਜਿਹੜਾ ਵਿਅਕਤੀ ਸੀਗਾ ਉਸ ਵਿਅਕਤੀ ਬਾਰੇ ਪਤਾ ਲੱਗ ਗਿਆ ਉਸ ਤੋਂ ਬਾਅਦ ਸਾਡੀਆਂ ਹਿਊਮਨ ਇੰਟੈਲੀਜੈਂਸ ਤਕਨੀਕੀ ਤਫ਼ਤੀਸ਼ ਤੇ ਸੋਰਸਸ ਤੋਂ ਜਿਹੜੀ ਤਫ਼ਤੀਸ਼ ਕੀਤੀ ਗਈ ਫਿਰ ਇਹ ਪਤਾ ਲੱਗਿਆ ਕਿ ਪਠਾਨਕੋਟ ਦਾ ਰਹਿਣ ਵਾਲਾ ਇੱਕ ਵਿਅਕਤੀ ਆ ਜਿਸ ਦਾ ਨਾਮ ਕਸ਼ਮੀਰੀ ਹੈ ਇਹ ਸੈਲੀ ਕੁਲੀਆਂ ਏਰੀਆ ਦੇ ਵਿੱਚ ਰਹਿੰਦਾ ਔਰ ਪੇਸ਼ਾਵਰ ਇਹ ਚੋਰ ਹੈ ਚੋਰੀਆਂ ਵਾਰ ਦਿੱਤਾ ਕਰਦਾ ਇਸ ਨੇ ਹੀ ਉਸ ਵਿਅਕਤੀ ਦਾ ਜਿਹੜਾ ਹੈਗਾ ਅੱਧੀ ਰਾਤ ਨੂੰ ਮਰਡਰ ਕਰ ਦਿੱਤਾ ਸੀ ਤੇਜ਼ਦਾਰ ਹਥਿਆਰਾਂ ਨਾਲ ਉਸ ਦੇ ਪਿੱਛੇ ਕਾਰਨ ਇਹ ਸੀਗਾ ਕਿ ਜਿਹੜਾ ਵਿਅਕਤੀ ਮਰਿਆ ਉਸ ਵਿਅਕਤੀ ਦੇ ਰਿਲੇਸ਼ਨਸ ਇੱਕ ਪੂਜਾ ਨਾਮ ਦੀ ਔਰਤ ਨਾਲ ਸੀਗੇ ਜਿਹਦੇ ਦੋ ਬੱਚੇ ਆ ਉਸ ਪੂਜ ਉਹ ਜਿਹੜੀ ਪੂਜਾ ਨਾਮ ਦੀ ਔਰਤ ਆ ਉਹ ਬੇਸਿਕਲੀ ਪਿਛੋ ਤਲਵਾੜੇ ਦੀ ਰਹਿਣ ਵਾਲੀ ਆ ਹਾਰਪੁਰ ਦੀ ਤੇ ਉਹ ਆਪਣੇ ਜਿਹੜੇ ਹਸਬੰਡ ਆ ਉਹਦੇ ਪੁਰਾਣੇ ਸਾਬਕਾ ਹਸਬੰਡ ਸੀ ਉਹਨਾਂ ਨੂੰ ਛੱਡ ਕੇ ਮਰਨ ਵਾਲੇ ਵਿਅਕਤੀ ਦੇ ਨਾਲ ਜਿਹੜੀ ਹੈਗੀ ਆ ਉਹ ਰਿਲੇਸ਼ਨਸ ਦੇ ਵਿੱਚ ਰਹਿ ਰਹੀ ਸੀ ਤੇ ਜਿਹੜਾ ਕਸ਼ਮੀਰੀ ਆ ਜਿਸ ਨੇ ਮਰਡਰ ਕੀਤਾ ਇਹ ਉਸਦਾ ਪੁਰਾਣਾ ਸਾਥਕਾ ਜਿਹੜਾ ਸੀਗਾ ਇਹ ਉਹਦਾ ਮਿੱਤਰ ਸੀਗਾ ਤੇ ਇਹ ਗੱਲ ਨੂੰ ਬਰਦਾਸ਼ਤ ਨਹੀਂ ਸੀ ਕਰ ਦਿੰਦਾ ਕਿ ਮੇਰੀ ਜਿਹੜੀ ਸਾਥਕਾ ਮਿੱਤਰ ਆ ਉਹ ਕਿਸੇ ਹੋਰ ਦੇ ਨਾਲ ਜਿਹੜੀ ਹੈਗੀ ਉਹ ਰਿਲੇਸ਼ਨ ਵਿੱਚ ਰਹਿ ਰਹੀ ਆ ਇਹਨਾਂ ਇਸਨੇ ਇੱਕ ਸਾਜ਼ਿਸ਼ ਦੇ ਤਹਿਤ ਉਹਨਾਂ ਨੂੰ ਬਹਿਲਾਫਸ ਲਾ ਕੇ ਇੱਕ ਲੋਕੇਸ਼ਨ ਤੇ ਰਾਤ ਨੂੰ ਲੈ ਜਾਂਦਾ ਉੱਥੇ ਜਿਹੜਾ ਇਹਨੇ ਰਾਤ ਨੂੰ ਜਿਹੜੀ ਘਾਟ ਤਕੜੀ ਔਰ ਯੋਜਨਾ ਬਣਾ ਕੇ ਤੇਜ਼ਧਾਰ ਹਥਿਆਰਾਂ ਨਾਲ ਬੁਰੀ ਤਰ੍ਹਾਂ ਉਹਨੂੰ ਕਤਲ ਕਰਤਾ ਉਸ ਤੋਂ ਬਾਅਦ ਇਹ ਭੱਜ ਗਿਆ ਕੱਲ ਸਿਆਨਪੁਰ ਦੀ ਪੁਲਿਸ ਨੇ ਇਹਨੂੰ ਗ੍ਰਿਫਤਾਰ ਕਰ ਲਿਆ ਮਾਰਨ ਵਾਲੇ ਹਥਿਆਰ ਦੀ ਜਿਹੜੀ ਹੈਗੀ ਆ ਉਹ ਬਰਾਮਦਗੀ ਕਰ ਲਈ ਗਈ ਆ ਪੂਜਾ ਦੇ ਰੋਲ ਬਾਰੇ ਅਸੀਂ ਇਨਵੈਸਟੀਗੇਟ ਕਰ ਰਹੇ ਆ ਕਿ ਕਿੰਨਾ ਕੁ ਉਹਦਾ ਇਸ ਮਰਡਰ ਦੇ ਵਿੱਚ ਰੋਲ ਸੀ ਕਿ ਆ ਉਹ ਵੀ ਸਾਜ਼ਿਸ਼ ਸ਼ਾਮਲ ਸੀ ਜਾਂ ਉਹਦੇ ਕਹਿਣੇ ਤੇ ਹੋਇਆ ਜਾਂ ਉਹ ਉਹ ਸਾਜ਼ਿਸ਼ ਦਾ ਹਿੱਸਾ ਰਹੀ ਜਾਂ ਹੋਏ ਹੋ ਸਕਦਾ ਕਿ ਉਹ ਬੇ ਉਹਦਾ ਕੋਈ ਗੁਨਾਹ ਨਾ ਵੀ ਹੋਵੇ ਕਿਉਂਕਿ ਪੂਜਾ ਹਜੇ ਰੈਸਟ ਨਹੀਂ ਹੋਈ ਉਹਨੂੰ ਵੀ ਅਸੀਂ ਸ਼ਾਰਟਲੀ ਜਿਹੜਾ ਹੈਗਾ ਆ ਇਸ ਮੁਕਦਮੇ ਵਿੱਚ ਸ਼ਾਮਲ ਕਰਕੇ ਫਿਰ ਉਹ ਤਫਤੀਸ਼ ਅੱਗੇ ਵਧਾਵਾਂਗੇ